ਹੈਲੋ एवरीवन ਵੈਲਕਮ ਟੂ ਸ੍ਰੀ ਸ਼ੋਕਟਸ ਯਰ ਸਟਡੀ ਬਿਕਮਸ ਈਜ਼ਰ ਤਪਰ ਜਾਨਾਂਗੇ ਜੀ 3704 ਮਾਸਟਰ ਕੈਦਰ ਤੇ +2364 ਈਟੀਟੀ ਦੇ ਪੋਸਟਾਂ ਦੇ ਲਈ ਜਿਹੜਾ ਹੈ ਅਪਾਇੰਟਮੈਂਟ ਲੈਟਰ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਹੈ ਉਹ ਕਿਹੜਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਜਿਹੜੀਆਂ ਰਿਕੁਆਇਰਡ ਹੈਗੀਆਂ ਤਾਂ ਕਿ ਤੁਸੀਂ ਆਪਣੇ ਡਾਕੂਮੈਂਟ ਜਿਹੜੀਆਂ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖੋ ਤਾਂ ਕਿ ਟਾਈਮ 'ਤੇ ਜਿਹੜਾ ਹੈਗਾ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਦੇ ਨਾਲ ਤੁਸੀਂ ਉੱਥੇ ਆਪਣੇ ਅਪਾਇੰਟਮੈਂਟ ਲੈਟਰ ਲੈਣ ਲਈ ਜੁਆਇਨਿੰਗ ਲੈਟਰ ਲੈਣ ਲਈ ਪਹੁੰਚੋ ਤਾਂ ਦੇਖਦੇ ਹਾਂ ਜੀ ਕਿਹੜੀ-ਕਿਹੜੀ ਚੀਜ਼ਾਂ ਦੀ ਜ਼ਰੂਰ ਤੇ ਦੇਖਦੇ ਆ ਜੀ ਕਿਹੜੇ ਕਿਹੜੇ ਡਾਕੂਮੈਂਟਸ ਰਿਕੁਆਇਰਡ ਹੈ ਸ਼ੁਰੂ ਕਰਦੇ ਆ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸੇਅਰ ਤੇ ਸਭ ਤੋਂ ਪਹਿਲਾਂ ਮਿਲੇਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਤੇ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਦੇਖਦੇ ਆ ਹਾਂਜੀ ਜਿਹੜੀ ਆਪਾਂ ਡਾਕੂਮੈਂਟਸ ਦੇਖਣ ਵਾਲਿਆਂ ਜੀ 2364 ETT ਦੀ ਪੋਸਟ ਦੇ ਲਈ ਤੇ 3704 ਮਾਸਟਰ ਕੈਰੀਅਰ ਦੇ ਪੋਸਟ ਦੇ ਲਈ ਕਿ ਜਦੋਂ ਆਪਣੀ ਆਫਰ ਲੈਟਰਸ ਮਿਲ ਜਾਂਦੇ ਆਪਾਂ ਨੂੰ ਤੇ ਸਟੇਸ਼ਨ ਜਿਹੜੀ ਹੈਗੀ ਆ ਉਹ ਅਲੋਟ ਹੁੰਦੇ ਆ ਤੇ ਉਸ ਤੋਂ ਬਾਅਦ ਅੱਗੇ ਕਿਹੜੀ ਕਿਹੜੀ ਚੀਜ਼ ਦੀ ਆਪਾਂ ਨੂੰ ਡਾਕੂਮੈਂਟਰੀ ਰਿਕੁਆਇਰਮੈਂਟ ਹੁੰਦੀ ਹੈ ਦੇਖੋ ਸਭ ਤੋਂ ਪਹਿਲਾਂ ਜਿਹੜੀ ਰਿਕੁਆਇਰਮੈਂਟ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਉਹ ਇਹ ਹੀ ਹੈਗੀ ਜਿਹੜੀ ਤੁਸੀਂ ਹੁਣੇ ਬਣਾ ਕੇ ਰੱਖ ਲੈਣੀ ਹੈ ਕੌਜ਼ ਆਪਾਂ ਨੂੰ ਪਤਾ ਹੈ 3704 ਮਾਸਟਰ ਕੈਰੀਅਰ ਦੇ ਜਿਹੜੇ ਅਪਾਇੰਟਮੈਂਟ ਲੈਟਰਸ ਆ ਉਹ ਤਾਂ ਦੇ ਹੀ ਦਿੱਤੇ ਗਏ ਆ ਬਾਕੀ 23 फास्ट मोड ਤੇ ਚੱਲ ਰਿਹਾ ਤੇ ਜਿਹੜੀ ਮੈਂ ਤੁਹਾਨੂੰ ਸੁਝਾਅ ਦੇਣੀ ਹੈ ਕਿ ਅਗਰ ਕਿਸੇ ਵੀ ਕੈਂਡੀਡੇਟ ਦਾ ਫਿਲਹਾਲ ਬੈਂਕ ਅਕਾਊਂਟ ਅਗਰ ਨਹੀਂ ਓਪਨ ਹੋਇਆ ਤਾਂ ਸਭ ਤੋਂ ਪਹਿਲਾਂ ਆਪਣਾ ਬੈਂਕ ਅਕਾਊਂਟ ਜਿਹੜਾ ਹੈ ਉਹ ਓਪਨ ਕਰ ਲਓ ਤੇ ਅਗਰ ਕਿਸੇ ਦਾ ਪੈਨ ਕਾਰਡ ਨਹੀਂ ਬਣਾਇਆ ਹੋਇਆ ਤਾਂ ਸਭ ਤੋਂ ਪਹਿਲਾਂ ਆਪਣਾ ਪੈਨ ਕਾਰਡ ਬਣਾ ਲਓ ਤੇ ਆਧਾਰ ਕਾਰਡ ਤਾਂ ਸਭ ਦਾ ਹੋਇਆ ਹੀ ਹੋਏਗਾ ਤੇ ਇਹ ਸਾਰੀ ਚੀਜ਼ਾਂ ਜਿਹੜੀ ਥੋੜੀ ਸੈਲਰੀ ਦੇ ਵਿੱਚ ਜਿਹੜਾ ਹੈਗਾ ਲੈਨ ਲਈ ਜਿਹੜਾ ਜ਼ਰੂਰਤ ਪੈਂਦੀ ਹੈ ਤਾਂ ਬੈਂਕ ਅਕਾਊਂਟ ਪੈਨ ਕਾਰਡ ਤੇ ਆਧਾਰ ਕਾਰਡ ਇਹ ਤਾਂ ਜਿਹੜਾ ਹੈਗਾ ਤੁਸੀਂ ਜ਼ਰੂਰ ਆਪਣਾ ਹੁਣੇ ਤੋਂ ਤਿਆਰ ਕਰਕੇ ਰੱਖ ਲਓ ਅਗਰ ਕਿਸੇ ਇਸ ਤੋਂ ਬਾਅਦ ਤੁਸੀਂ ਜਿਹੜੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜਿਹੜੀਆਂ ਨੇ ਉਹ ਆਪਣੇ ਬਣਵਾ ਕੇ ਰੱਖ ਲੈਣੀਆਂ ਨੇ ਕਹੀ ਕਿਉਂਕਿ ਹੁਣ ਜਿੰਨੇ ਵੀ ਅੱਗੇ ਸਰਟੀਫਿਕੇਟਸ ਬਣਨੇ ਆ ਜਾਂ ਸਰਟੀਫਿਕੇਟਸ ਵੈਰੀਫਿਕੇਸ਼ਨ ਸਰਟੀਫਿਕੇਟਸ ਹੁੰਦੇ ਉਥੇ ਸਾਰੀ ਹੀ ਫੋਟੋਗ੍ਰਾਫ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਤਾਂ ਅੱਛੀ ਅਮਾਊਂਟ ਦੇ ਵਿੱਚ ਆਪਣੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਜਿਹੜੀਆਂ ਉਹ ਤਿਆਰ ਰੱਖੋ ਉਸ ਤੋਂ ਬਾਅਦ ਜਿਹੜੀ ਹੈ ਤੁਹਾਡੀ ਇੱਕ ਫਾਈਲ ਆਫ ਡਾਕੂਮੈਂਟਸ ਆਪਣੀ ਤਿਆਰ ਕਰਨੀ ਹੈ ਕਿ ਇਹ ਕਿਹੜੇ ਡਾਕੂਮੈਂਟਸ ਦੀ ਸਾਰੇ ਹੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਹੈ ਅਪਲਾਈ ਕਰਨ ਦਾ ਸਬੂਤ ਹੋ ਗਿਆ ਫੀਸ ਭਰਨ ਦਾ ਚਲਾਨ ਹੋ ਗਿਆ ਜਿੰਨੇ ਵੀ ਤੁਸੀਂ ਸਰਟੀਫିକੇਟਸ ਉੱਥੇ ਸਕਰੂਟੀ ਟਾਈਮ ਲੈ ਕੇ ਗਏ ਸੀਗੇ ਤਾਂ ਉਹ ਸਾਰੇ ਸਰਟੀਫିକੇਟ ਬਾਕੀ ਆਫਰ ਲੈਟਰ ਦੀ ਤੁਸੀਂ ਇੱਕ ਦੋ ਫੋਟੋਸਟੇਟ ਕਰਵਾ ਲਓ ਤੋ ਇਹ ਸਾਰੇ ਸਰਟੀਫਿਕੇਟ ਜਿਹੜੇ ਹੈਗੇ ਸੈਲਫ ਟੈਸਟਡ ਦੀ ਜਿਹੜੀ ਇੱਕ ਡਾਕੂਮੈਂਟ ਫਾਈਲ ਜਿਹੜੀ ਹੈ ਤੁਸੀਂ ਉਹ ਤਿਆਰ ਕਰਕੇ ਰੱਖੋ ਆਪਣੇ ਕੋਲ ਤਾਂ ਕਿ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਜਿਵੇਂ ਅਪਾਇੰਟਮੈਂਟ ਲੈਟਰ ਦਾ ਨੋਟੀਫਿਕੇਸ਼ਨ ਆਇਆ ਸੀ ਰਾਤ ਨੂੰ ਨੋਟੀਫਿਕੇਸ਼ਨ ਆਇਆ ਤਾਂ ਸਵੇਰ ਉਹਨਾਂ ਨੂੰ ਬੁਲਾ ਲਿਆ ਗਿਆ ਤਾਂ ਤੁਹਾਡੇ ਪਾਸ ਜਿਹੜਾ ਤੁਹਾਡਾ ਡਾਕੂਮੈਂਟਸ ਦੀ ਜਿਹੜੀ ਫਾਈਲ ਹੈਗੀ ਆ ਉਹ ਰਾਤ ਤੱਕ ਮਤਲਬ ਜਦੋਂ ਵੀ ਨੋਟੀਫਿਕੇਸ਼ਨ ਆਵੇ ਉਦੋਂ ਤੱਕ ਤੁਹਾਡੇ ਕੋਲ ਤਿਆਰ ਹੋਵੇ ਸਾਰਾ ਸਮਾਨ ਫੋਟੋਗ੍ਰਾਫੀ ਡਾਕੂਮੈਂਟਸ ਵੀ ਬੈਂਕ ਅਕਾਊਂਟ ਪੈਨ ਕਾਰਡ ਆਧਾਰ ਕਾਰਡ ਇਹ ਸਾਰੀ ਚੀਜ਼ਾਂ ਤੁਸੀਂ ਆਪਣੀਆਂ ਤਿਆਰ ਕਰਕੇ ਰੱਖੋ ਹਾਂਜੀ 37000 ਮਾਸਟਰ ਕੈਡਰ ਦੀ ਅਪੁਆਇੰਟਮੈਂਟ ਲੈਟਰ ਹੋ ਚੁੱਕੀ ਹੈ ਇਸ ਤੋਂ ਨੈਕਸਟ ਪ੍ਰੋਸੈਸ ਕੀ ਹੋਏਗਾ ਜੀ ਮੈਡੀਕਲ ਸਰਟੀਫਿਕੇਟ ਜਿਹੜਾ ਉਹਨਾਂ ਦਾ ਬਨੇਗਾ ਮੈਡੀਕਲ ਫਿਟਨੈਸ ਸਰਟੀਫਿਕੇਟ ਹੀ ਬੰਦਾ ਹੈਗਾ ਅਪੁਆਇੰਟਮੈਂਟ ਲੈਟਰ ਤੋਂ ਬਾਅਦ ਵੀ ਜਿਹੜਾ ਹੈਗਾ ਬਣ ਸਕਦਾ ਹੈ ਸਟੇਸ਼ਨ ਅਲੋਟਮੈਂਟ ਤੋਂ ਬਾਅਦ ਵੀ ਜਿਹੜਾ ਇਹ ਬਣ ਸਕਦਾ ਹੈ ਮੈਡੀਕਲ ਸਰਟੀਫਿਕੇਟ ਜ ਜਦੋਂ ਵੀ ਬਨੇਗਾ ਇੱਕ ਆਫੀਸ਼ੀਅਲ ਜਿਹੜਾ ਨੋਟਿਸ ਜਾਰੀ ਕੀਤਾ ਜਾਏਗਾ ਉਹਨ ਡਿਪਾਰਟਮੈਂਟ ਵੱਲੋਂ ਤੇ ਜਦੋਂ ਉਹ ਜਾਰੀ ਕਰਨਗੇ ਕਿੱਥੇ ਬਣਾਣਾ ਹੈ ਮੈਡੀਕਲ ਸਰਟੀਫਿਕੇਟ ਤੇ ਕਿਵੇਂ ਬਣਾਣਾ ਹੈ ਕਿਸ ਦਿਨ ਬਣਾਣਾ ਹੈ ਤਾਂ ਸਾਰਾ ਕੁਝ ਹੋਏਗਾ ਤੇ ਆਈ ਥਿੰਕ ਕਿ 1-2 ਦਿਨਾਂ ਦੇ ਵਿੱਚ ਮੈਡੀਕਲ ਸਰਟੀਫਿਕੇਟ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਲਦੀ ਆਉਣ ਵਾਲਾ ਹੈ ਮਤਲਬ ਨੈਕਸਟ ਪ੍ਰੋਸੈਸ ਡੈਫੀਨਿਟਲੀ ਮੈਨੂੰ ਲੱਗਦਾ ਹੈ ਕਿ ਮੈਡੀਕਲ ਦਾ ਹੀ ਰਹੇਗਾ ਉਸ ਤੋਂ ਬਾਅਦ ਇੱਕ ਪੁਲਿਸ ਵੈਰੀਫਿਕੇਸ਼ਨ ਕਰवानी ਹੁੰਦੀ ਹੈ ਜੀ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਇਹ ਵੀ ਜੋ ਹੈ ਉਹਨਾਂ ਦੇ ਲੈਟਰ ਜਾਂ ਨੋਟਿਸ ਜਾਰੀ ਕਰਨ ਤੋਂ ਬਾਅਦ ਹੀ ਜਿਹੜੇ ਬਣੇਗੀ ਪੁਲਿਸ ਵੈਰੀਫਿਕੇਸ਼ਨ ਹੋਏਗੀ ਪੁਲਿਸ ਵੈਰੀਫਿਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇਹ ਬਣਵਾਉਂਗੇ ਕਿ ਤੁਹਾਡੇ ਤੇ ਕੋਈ ਕੇਸ ਨਹੀਂ ਚੱਲ ਰਿਹਾ ਤੁਹਾਨੂੰ ਕਿਸੇ ਦੇ ਵਿੱਚ ਕਿਸੇ ਕਿਸ ਵਿੱਚ ਤੁਸੀਂ ਦੋਸ਼ੀ ਕਰਾਰ ਨਹੀਂ ਹੋ ਤਾਂ ਉਹ ਸਾਰੇ ਇੱਕ ਵੈਰੀਫਿਕੇਸ਼ਨ ਸਰਟੀਫਿਕੇਟ ਹੈ ਉਹ ਬਣਵਾਉਣਾ ਹੁੰਦਾ ਪੁਲਿਸ ਵੈਰੀਫਿਕੇਸ਼ਨ ਤੇ ਜਿਹੜਾ ਸਟੇਸ਼ਨ ਅਲੋਟਮੈਂਟ ਤੋਂ ਬਾਅਦ ਵੀ ਇਹ ਬਣ ਸਕਦਾ ਹੈ ਬਾਕੀ ਜਿਹੜਾ ਹੈਗਾ ਉਹ ਲੈਟਰ ਜਾਰੀ ਕਰਕੇ ਦੱਸਣਗੇ ਕਿ ਤੁਸੀਂ ਕਦੋਂ ਜਿਹੜਾ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਬਣਵਾਉਣਾ ਹੈ ਬਾਕੀ ਹਰ ਇੱਕ ਸਰਟੀਫਿਕੇਟ ਕਦੋਂ ਬਣਵਾਉਣਾ ਹੈ ਕਿਵੇਂ ਬਣਵਾਉਣਾ ਹੈ ਹਰ ਇੱਕ ਚੀਜ਼ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਤੁਹਾਨੂੰ ਦੱਸੀ ਜਾਂਦੀ ਹੈ ਤੇ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਕਦੋਂ ਬਣਾਣਾ ਹੈ ਪਹਿਲਾਂ ਬਣਾ ਲਈਏ ਜਾਂ ਪਿੱਛੇ ਬਣਾ ਲਈਏ ਕੋਈ ਡਿਟੈਂਸ਼ਨ ਲੈਣ ਦੀ ਲੋੜ ਨਹੀਂ ਹਰ ਇੱਕ ਸਰਟੀਫਿਕੇਟ ਬਾਰੇ ਜਿਹੜਾ ਉਹ ਦੱਸਣਗੇ ਤੁਹਾਨੂੰ ਹਰ ਇੱਕ ਨੋਲੇਜ ਡਿਪਾਰਟਮੈਂਟ ਵੱਲੋਂ ਦਿੱਤੀ ਜਾਂਦੀ ਹੈ ਵੀ ਕਦੋਂ ਬਣਾਣਾ ਹੈ ਕਿਵੇਂ ਬਣਾਣਾ ਹੈ ਹਰ ਇੱਕ ਚੀਜ਼ ਦੱਸੀ ਜਾਂਦੀ ਹੈ ਹਾਂ ਆਪਾਂ ਤੁਹਾਨੂੰ ਪਹਿਲਾਂ ਤੋਂ ਇਹ ਦੱਸ ਰਿਹਾ ਤਾਂ ਕਿ ਥੋੜਾ ਬਹੁਤ ਤੁਹਾਨੂੰ ਅੰਦਾਜ਼ਾ ਪਹਿਲਾਂ ਹੋ ਜAVE ਕਿ ਕਿਹੜਾ-ਕਿਹੜਾ ਪ੍ਰੋਸੈਸ ਹੈ ਤੇ ਉਹਦੇ ਰਿਲੇਟਿਡ ਕਿਹੜੀ ਜਿਹੜੀ ਤਿਆਰੀ ਹੈ ਤੁਸੀਂ ਪਹਿਲਾਂ ਕਰਕੇ ਰੱਖਣੀ ਹੈ ਤਪਦੇੜਾ ਦੇਖੇ ਨੈਕਸਟ ਪ੍ਰੋਸੈਸ ਮੈਡੀਕਲ ਸਰਟੀਫਿਕੇਟ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਹੋਏਗਾ ਜੀ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਕਿ ਤੁਹਾਡੇ ਜਿੰਨੇ ਵੀ origignal documents ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਉੱਥੋਂ ਦੇ ਡਿਪਾਰਟਮੈਂਟਸ ਕੋਲੋਂ ਲਾਈਕ ਜਿਹੜੇ ਡਿਪਾਰਟਮੈਂਟ ਤੋਂ ਤੁਸੀਂ ਡਾਕੂਮੈਂਟ ਲਿੱਤਾ ਹੁੰਦਾ ਹੈ ਉੱਥੋਂ ਜਿਹੜੀ ਇਹ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੁੰਦੀ ਹੈ ਜਿਵੇਂ ਮੰਨ ਲਓ ਤੁਹਾਡਾ 10th ਦਾ ਸਰਟੀਫਿਕੇਟ ਹੈ ਜਾਂ +2 ਦਾ ਹੈ ਜਾਂ ਗ੍ਰੈਜੂਏਸ਼ਨ ਦਾ ਹੈ ਤਾਂ ਤੁਹਾਡੇ ਸਕੂਲ ਕਾਲਜ ਤੋਂ ਤੁਹਾਡੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਏਗੀ ਬਟ ਇਹ ਵੀ ਸਟੇਸ਼ਨ ਅਲੋਟਮੈਂਟ ਕਿ ਆਪਾਂ ਪਤਾ ਇਸ ਵਾਲੀਡੇ ਪ੍ਰੋਸੈਸ ਬਹੁਤ ਫਾਸਟ ਹੋ ਰਿਹਾ ਹੈ ਤੇ ਜਦੋਂ ਵੀ ਉਹ ਉਹਨਾਂ ਨੇ ਕਰਨਾ ਹੋਏਗਾ ਨੋਟੀਫਿਕੇਸ਼ਨ ਉਹ ਜਾਰੀ ਕਰਨਗੇ ਤੇ ਉਦੋਂ ਫਿਰ ਇਹ ਸਾਰਾ ਪ੍ਰੋਸੈਸ ਤੋਂ ਨੇ ਕਰਵਾਉਣਾ ਹੋਏਗਾ ਤਾਂ ਆਪਾਂ ਦੇਖਿਆ ਮੈਡੀਕਲ ਸਰਟੀਫਿਕੇਟ ਬਣਵਾਉਣਾ ਹੈ ਇੱਕ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਬਣਵਾਉਣਾ ਹੈ ਤੇ ਇੱਕ ਡਾਕੂਮੈਂਟ ਵੈਰੀਫਿਕੇਸ਼ਨ ਬਣਵਾਉਣਾ ਹੈ ਅੰਦੀ ਨੈਕਸਟ ਜਿਹੜੀ ਇੱਥੇ ਹੈਗੀ ਹੈ ਉਹ ਹੈਗਾ ਜੀ ਇੱਕ ਆਪਣਾ ਸੀਪੀਐਫ ਹੁੰਦਾ ਜੀ ਸੀਪੀਐਫ ਦਾ ਮਤਲਬ ਪ੍ਰੋਵੀਡੈਂਟ ਫੰਡ ਜਿਹੜਾ ਹੁੰਦਾ ਹੈ ਨੈਕਸਟ ਪ੍ਰੋਸੈਸ ਦੇ ਵਿੱਚ ਸਟੇਸ਼ਨ ਅਲਾਟਮੈਂਟ ਤੋਂ ਬਾਅਦ ਵਾਲਾ ਪ੍ਰੋਸੈਸ ਹੈ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਸਟੇਸ਼ਨ ਅਲਾਟਮੈਂਟ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟਸ ਜਿਹੜੇ ਲੱਗਦੇ ਹਨ ਪ੍ਰੋਵੀਡੈਂਟ ਫੰਡ ਦਾ ਮਤਲਬ ਇਹ ਹੁੰਦਾ ਜੀ ਕਿ ਤੁਹਾਡੀ ਜਿਹੜੀ ਤਨਖਾਹ ਹੁੰਦੀ ਹੈ ਜਿਹੜੀ ਮਹੀਨੇ ਦੀ ਤਨਖਾਹ ਹੁੰਦੀ ਹੈ ਉਹਦੇ ਵਿੱਚੋਂ ਕੁਝ ਪਰਸੈਂਟੇਜ ਜਿਹੜੀ ਹੈ ਪ੍ਰੋਵੀਡੈਂਟ ਫੰਡ ਦੇ ਵਿੱਚ ਥੋੜਾ ਜਾਂਦਾ ਹੈ ਤੇ ਉਹ ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਤੁਹਾਡੀ ਪੂ ਕੁਝ ਪਰਸੈਂਟੇਜ ਜਿਹੜੀ ਆ ਉਹ ਕੱਟ ਜਾਂਦੀ ਹੈ ਤੇ ਉਹ ਕੱਟ ਕੇ ਉਸ ਫੰਡ ਦੇ ਵਿੱਚ ਜਮਾ ਹੋ ਜਾਂਦੀ ਹੈ ਇਹ ਕੁਝ ਏਦਾਂ ਹੁੰਦਾ ਜੀ ਕਿ ਜਿਵੇਂ 10% ਜਿਹੜਾ ਹੈਗਾ ਉਹ ਤੁਸੀਂ ਤੁਹਾਡੀ ਤਨਖਾਹ ਦੇ ਵਿੱਚੋਂ ਕੱਟੇਗਾ ਤੇ 10 ਕੁਝ ਪਰਸੈਂਟੇਜ ਜਿਹੜੀ ਹੈਗੀ ਆ ਉਹ ਗਵਰਨਮੈਂਟ ਉਸ ডিপਾਰਟਮੈਂਟ ਦੇ ਉਸ ਫੰਡ ਦੇ ਵਿੱਚ ਜਿਹੜਾ ਪੈਸਾ ਪਾਉਂਦੀ ਹੈ ਪਹਿਲਾਂ ਇਹ ਸਿੱਧਾ ਕੀ ਜੀ 10% ਜਿਹੜਾ ਜਿੰਨਾ ਪਰਸੈਂਟ ਜਿਹੜਾ ਹੈਗਾ ਉਹ ਤੁਹਾਡੀ ਤਨਖਾਹ ਦੇ ਵਿੱਚੋਂ ਕੱਟਦਾ ਸੀ ਤਾਂ ਉਨੇ ਹੀ ਪਰਸੈਂਟ ਜਿਹੜਾ ਹੈਗਾ ਉਹ ਜੋ ਗਵਰਨਮੈਂਟ ਹੈ ਉਹ ਆਪਣਾ ਹਿੱਸਾ ਪਾਉਂਦੀ ਸੀ ਇਕੱਠਾ ਉਹ 20% ਮੈਂ ਇਦਾਂ ਬਣ ਜਾਂਦਾ ਸੀ ਲੇਕਿਨ ਹੁਣ ਜੀ ਉਹ ਕੀ ਹੋ ਗਿਆ ਕਿ ਉਹਨਾਂ ਨੇ 10% ਦੀ ਜਗ੍ਹਾ ਤੇ ਡਿਪਾਰਟਮੈਂਟ ਕਹਿੰਦੀ ਕਿ ਮੈਂ ਹੁਣ 14% ਪਾਵਾਂਗੀ ਯਾਨੀ ਕਿ ਡਿਪਾਰਟਮੈਂਟ ਜਿਹੜਾ ਹੈ ਹੁਣ 10 ਦੀ ਜਗ੍ਹਾ ਤੇ 14% ਪਾਉਂਦਾ ਜੀ 10% ਜਿਹੜਾ ਹੈਗਾ ਉਹ ਜਿਹੜਾ ਜਿਹਦੀ ਜੋਬ ਹੈ ਉਹਦੀ ਆਪਣੀ ਤਨਖਾਹ ਚੋਂ ਕੱਟ ਕੇ ਪੈਂਦਾ ਤੇ 14% ਡਿਪਾਰਟਮੈਂਟ ਉਸ ਫੰਡ ਦੇ ਵਿੱਚ ਪਾਉਂਦੀ ਹੈ ਤੇ ਇਸ ਤਰ੍ਹਾਂ ਜਿਹੜਾ ਉੱਥੇ ਫੰਡ ਜਿਹੜਾ ਇਕੱਠਾ ਹੁੰਦਾ ਜਾਂਦਾ ਜਿਹਦੇ ਵਿੱਚੋਂ ਇਸ 14% ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ 10% ਤਾਂ ਜਿਹੜਾ ਹੈਗਾ ਜੀ ਇਹਦੇ ਵਿੱਚੋਂ ਉਹ ਨੋਨ ਟੈਕਸੇਬਲ ਹੈਗਾ ਲੇਕਿਨ ਇਹਦੇ ਵਿੱਚੋਂ ਜਿਹੜਾ 4% ਐਕਸਟਰਾ ਜਿਹੜਾ ਡਿਪਾਰਟਮੈਂਟ ਪਾ ਰਿਹਾ ਹੈਗਾ ਪੈਸਾ ਤੁਹਾਡੇ ਫੰਡ ਦੇ ਵਿੱਚ ਤਾਂ ਉਹ 4% ਜਿਹੜਾ ਹੈਗਾ ਜੀ ਉਹ ਹੁੰਦਾ ਹੈ ਟੈਕਸੇਬਲ ਤੋ 4% ਡੈ ਐਕਸਟਰਾ ਪਾਉਂਦੀ ਹੈ ਪ੍ਰੋਵੀਡੈਂਟ ਫੰਡ ਦੇ ਵਿੱਚ ਡਿਪਾਰਟਮੈਂਟ ਤੋ 4% ਟੈਕਸੇਬਲ ਹੈਗਾ 10% ਤੱਕ ਜਿਹੜਾ ਐਗਜ਼ਮਟ ਹੈਗਾ ਤੇ ਇਹ ਜਿਹੜਾ ਤੁਹਾਡਾ ਤਨਖਾਹ ਹੈਗੀ ਹੈ ਮਾਸਟਰ ਗ੍ਰੈਜੂਏਟ ਦੀ ਆਪਾਂ ਗੱਲ ਕਰ ਲਈਏ ਤੇ 3500 35400 ਜਿਹੜੀ ਹੈਗੀ ਉਹ ਟੋਟਲ ਤਨਖਾਹ ਹੈ ਬਾਕੀ ਜਿਹੜੇ ਹੋਰ ਅਲੌਇੰਸਸ ਵਗੈਰਾ ਹੈਗਾ ਉਹ ਤਾਂ ਪਲੱਸ ਵਗੈਰਾ ਹੁੰਦੇ ਹੀ ਆ ਤਾਂ ਫਿਲਹਾਲ ਅਗਰ ਆਪਾਂ ਤਨਖਾਹ ਦੀ ਬੇਸਿਕ ਸੈਲਰੀ ਜਿਹੜੀ ਆਪਾਂ ਗੱਲ ਕਰੀਏ 35400 ਹੈਗੀ ਹੈ ਜੀ ਉਹਦੇ ਵਿੱਚੋਂ ਜਿਹੜਾ 10% ਤੁਹਾਡਾ ਕਟੇਗਾ ਤੇ ਉਹ ਜਿਹੜਾ ਅੱਗੇ ਇਨਫਾਈਨ ਦੇ ਵਿੱਚ ਐਡ ਹੁੰਦਾ ਹੈ ਵਾ ਤੇ ਇਹ ਇੱਕ ਜਿਹੜਾ ਇਹਦੇ ਲਈ ਇੱਕ ਪਲਾਨ ਨੰਬਰ ਬਣਵਾਣਾ ਹੁੰਦਾ ਜੀ ਉਹ ਵੀ ਜਿਹੜਾ ਤੁਸੀਂ ਬਣਵਾਣਾ ਹੋਏਗਾ ਸਟੇਸ਼ਨ ਅਲੋਟਮੈਂਟ ਤੋਂ ਬਾਅਦ ਹਾਂਜੀ ਨੈਕਸਟ ਆਪਾਂ ਗੱਲ ਕਰ ਲਈਏ 1964 ਰੂਲਜ਼ ਅਕੋਰਡਿੰਗ 1970 ਰੂਲਜ਼ ਅਕੋਰਡਿੰਗ ਇੱਕ ਸੈਲਫ ਡੈਕਲੇਰੇਸ਼ਨ ਬਣਵਾਣਾ ਹੁੰਦਾ ਜੀ ਇਹ ਵੀ ਇੱਕ ਸਰਟੀਫਿਕੇਟ ਹੁੰਦਾ ਹੈ ਸੈਲਫ ਡੈਕਲੇਰੇਸ਼ਨ ਫਾਰਮ ਤੇ ਇਹ ਵੀ ਜਿਹੜਾ ਤੁਸੀਂ ਬਣਵਾਉਣਾ ਹੈ ਇਹ ਵੀ ਜਿਹੜਾ ਹੈ ਸਟੇਸ਼ਨ ਅਲਾਟਮੈਂਟ ਤੋਂ ਬਾਅਦ ਹੀ ਬਨੇਗਾ 셀ਫ ਡਿਕਲੇਰੇਸ਼ਨ ਫਾਰਮ ਬਣਵਾਉਣਾ ਹੁੰਦਾ ਹੈ ਇਹ ਵੀ ਨਾਲ ਜਿਹੜਾ ਲੱਗਦਾ ਥੋੜੀ ਜਿਹੜੀ ਤੁਸੀਂ ਫਾਈਲ ਲੈ ਕੇ ਡੀਓ ਕੋਲ ਸਬਮਿਟ ਕਰਨੀ ਹੁੰਦੀ ਹੈ ਉਹਦੇ ਵਿੱਚ ਇਹ ਵੀ ਜਿਹੜਾ 셀ਫ ਡਿਕਲੇਰੇਸ਼ਨ ਫਾਰਮ ਹੋ ਐਡ ਹੁੰਦਾ ਤੁਸੀਂ ਆਪਣੇ ਅਪੁਆਇੰਟਮੈਂਟ ਲੈਟਰ ਦੇ ਵਿੱਚ ਦੇਖਿਆ ਹੋਏਗਾ ਉੱਥੇ ਵੀ ਲੈਟਰ ਦੇ ਵਿੱਚ ਤੁਸੀਂ ਦੇਖੋ 15th ਪੁਆਇੰਟ ਤੋਂ ਬਾਅਦ ਜਿਹੜਾ ਹੈ 14th ਪੁਆਇੰਟ ਤੋਂ ਬਾਅਦ ਉਹ ਸਾਰੇ ਪੁਆਇੰਟਸ ਦੇ ਵਿੱਚ ਤੁਸੀਂ ਦੇਖੋ ਉੱਥੇ ਵੀ ਲਿਖਿਆ ਹੋਇਆ ਹੈ 1904 ਤੇ 1970 ਰੂਲ ਅਕੋਰਡਿੰਗ 셀ਫ ਡਿਕਲੇਰੇਸ਼ਨ ਲੱਗੇਗਾ ਤੇ 셀ਫ ਡਿਕਲੇਰੇਸ਼ਨ ਜਿਹੜਾ ਸਰਟੀਫିକੇਟ ਜਮ੍ਹਾਂ ਕਰਾਉਗੇ ਨਾਲ ਇਹ ਵੀ ਲੱਗੇਗਾ ਪੁਲਿਸ ਵੈਰੀਫਿਕੇਸ਼ਨ ਵਾਲਾ ਵੀ ਲੱਗੇਗਾ ਮੈਡੀਕਲ ਸਰਟੀਫਿਕੇਟ ਵਾਲਾ ਵੀ ਲੱਗੇਗਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਸਰਟੀਫਿਕੇਟ ਵੀ ਲੱਗੇਗਾ ਤੇ ਉਹ ਜਿਹੜਾ ਡੀਗਰੀ ਕੁਲ ਸਰਟੀਫਿਕੇਟ ਦੀ ਫਾਈਲ ਜਿਹੜੀ ਤੁਸੀਂ ਸਬਮਿਟ ਕਰਨੀ ਹੁੰਦੀ ਹੈ ਉਹ ਵੀ ਜਿਹੜਾ ਤੁਹਾਨੂੰ ਦੱਸਿਆ ਜਾਏਗਾ ਸਟੇਸ਼ਨ ਅਲੋਟਮੈਂਟ ਤੋਂ ਬਾਅਦ ਵੀ ਪਬਲਿਕ ਨੋਟਿਸ ਆਦਿ ਕਰਕੇ ਤੁਹਾਨੂੰ ਦੱਸਿਆ ਜਾਏਗਾ ਕਿ ਤੁਸੀਂ ਇਹ ਕਰਨਾ ਹੈ ਹਾਂਜੀ ਇੱਕ ਜਿਹੜਾ ਹੈ ਇੱਥੇ ਪੁਆਇੰਟ ਮੈਂ ਤੁਹਾਨੂੰ ਦੱਸ ਦਵਾਂ ਇੱਕ ਤੁਹਾਨੂੰ ਇਹ ਆਪਣਾ ਕੈਰੈਕਟਰ ਸਰਟੀਫਿਕੇਟ ਜਿਹੜਾ ਹੈਗਾ ਤੁਸੀਂ ਲੈਣਾ ਹੈਗਾ ਆਪਣੀ ਲਾਸਟ ਇੰਸਟੀਚੂਟ ਦੇ ਵਿੱਚੋਂ ਜਿੱਥੋਂ ਤੁਹਨੇ ਕੋਈ ਵੀ ਡਿਗਰੀ ਕੀਤੀ ਹੈਗੀ ਹੈ ਇਹ ਤੁਸੀਂ ਆਪਣਾ ਪੁਆਇੰਟ ਨੰਬਰ 14 ਦੇਖ ਸਕਦੇ ਹੋ ਅਪਾਇੰਟਮੈਂਟ ਲੈਟਰ ਦੇ ਵਿੱਚ ਤੇ ਅਗਰ ਕਿਸ ਨੂੰ ਨਹੀਂ ਕਲੀਅਰ ਹੈਗਾ ਇਸ ਪੁਆਇੰਟ ਬਾਰੇ ਤਾਂ ਤੁਸੀਂ ਮੇਰੇ ਚੈਨਲ ਤੇ ਵੀਡੀਓ ਬਣੀ ਹੋਈ ਹੈ ਕੁਐਰੀਜ਼ ਰਿਲੇਟਡ ਟੂ ਆਫਰ ਲੈਟਰ ਤਾਂ ਤੁਸੀਂ ਉਹ ਵੀਡੀਓ ਜਿਹੜੀ ਹੈ ਚੈੱਕ ਕਰ ਸਕਦੇ ਹੋ ਉੱਥੇ ਮੈਨੇ ਆਫਰ ਲੈਟਰ ਦੇ ਵਿੱਚ ਜਿਹੜੇ ਪੁਆਇੰਟਸ ਦੇ ਵਿੱਚ ਕੁਐਰੀਜ਼ ਹੈਗੀਆਂ ਨੇ ਉਹਦੇ ਰਿਲੇਟਡ ਉਹ ਵੀਡੀਓ ਬਣਾਈ ਹੈ ਉਹ ਜੋ 14th ਨੰਬਰ ਪੁਆਇੰਟ ਦੇ ਵਿੱਚ ਲਿਖਿਆ ਹੋਇਆ ਜੀ ਕਿ ਲਾਸਟ ਇੰਸਟੀਚਿਊਟ ਜਿਹੜਾ ਹੈਗਾ ਤੁਹਾਡਾ ਉਹਦੇ ਵਿੱਚੋਂ ਜੇ ਤੁਸੀਂ ਜਿਹੜੀ ਡਿਗਰੀ ਕਿਸੇ ਤੋਂ ਵੀ ਲੈਂਦੇ ਹੋ ਫਾਰ ਇਗਜ਼ਾਮਪਲ ਅਗਰ ਬੀਐਡ ਦੇ ਕੈਂਡੀਡੇਟਸ ਹੈਗੇ ਉਹਨੇ ਲਾਸਟ ਬੀਐਡ ਕੀਤੀ ਹੈ ਤਾਂ ਜਿਹੜੇ ਕੋਲੇਜ ਤੋਂ ਤੁਸੀਂ ਬੀਐਡ ਕੀਤੀ ਹੈ ਉੱਥੋਂ ਤੁਸੀਂ ਆਪਣਾ ਕੈਰੈਕਟਰ ਸਰਟੀਫਿਕੇਟ ਲਓਗੇ ਤੇ ਨਾਲ ਕਰੈਕਟਰ ਸਰਟੀਫਿਕੇਟ ਦੇ ਨਾਲ ਨਾਲ ਕਿਹੜਾ ਹੋਰ ਜਿਹੜਾ ਹੈਗਾ ਸਰਟੀਫਿਕੇਟ ਲੱਗੇਗਾ ਜੋ ਲੱਗੇਗਾ ਤੁਹਾਡੇ ਦੋ ਜਿਹੜੇ ਹੈਗੇ ਨੇ ਤੁਹਾਡੇ ਜਾਣ ਪਛਾਣ ਦੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਦੋ ਬੰਦਿਆਂ ਦੇ ਜਿਹੜੇ ਹੈਗੇ ਆ ਤਿਆਰ ਕੀਤਾ ਸਰਟੀਫਿਕੇਟ ਨਾਲ ਲੱਗੇਗਾ ਤੁਹਾਡੇ ਰਿਸ਼ਤੇਦਾਰ ਨਹੀਂ ਹੋਣੇ ਚਾਹੀਦੇ ਲੇਕਿਨ ਤੁਹਾਨੂੰ ਜਾਣਦੇ ਬੰਦੇ ਹੋਣੇ ਚਾਹੀਦੇ ਤਾਂ ਉਹਨਾਂ ਉਹਨਾਂ ਦਾ ਜਿਹੜਾ ਤਿਆਰ ਕੀਤਾ ਸਰਟੀਫਿਕੇਟ ਹੈ ਉਹ ਵੀ ਲੱਗੇਗਾ ਜੀ ਕਰੈਕਟਰ ਸਰਟੀਫਿਕੇਟ ਦੇ ਨਾਲ ਹੀ ਬਸ ਉਹ ਇੱਕ ਇਹ ਹੁੰਦਾ ਕਿ ਉਹਨਾਂ ਨੇ ਤਸਦੀਕ ਕਰਨਾ ਹੁੰਦਾ ਕਿ ਹਾਂ ਇਸ ਜਿਹੜਾ ਚਾਲ ਚੱਲਨ ਜਾਂ ਆਚਰਣ ਸਰਟੀਫਿਕੇਟ ਹੈ ਉਹ ਬੰਦੇ ਦਾ ਬਿਲਕੁਲ ਸਹੀ ਹੈ ਤਾਂ ਉਹ ਇੱਕ ਸਰਟੀਫਿਕੇਟ ਜਿਹੜਾ ਜ਼ਰੂਰ ਲੱਗਦਾ ਤੇ ਆਚਨ ਸਰਟੀਫਿਕੇਟ ਤੁਹਾਡੇ ਲਾਸਟ ਇੰਸਟੀਚਿਊਟ ਦਾ ਵੀ ਬਨੇਗਾ ਨਾਲ ਦੋ ਐਸੇ ਬੰਦੇ ਜਿਹੜੇ ਚਾਹੀਦੇ ਆ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਪਰ ਤੁਹਾਡੇ ਰਿਸ਼ਤੇਦਾਰ ਨਾ ਹੋਣ ਤਾਂ ਇਹ ਉਹ ਕੈਰੈਕਟਰ ਸਰਟੀਫਿਕੇਟ ਜਿਹੜਾ ਹੈਗਾ ਇੱਥੇ ਮੈਂ ਤੁਹਾਨੂੰ ਲਿਖ ਦਿੰਨੀ ਆ ਬਾਕੀ ਜੀ ਇਸ ਤੋਂ ਬਾਅਦ ਜੇ ਤੁਸੀਂ ਜੁਆਇਨ ਕਰ ਲੈਣਾ ਤਾਂ ਜੁਆਇਨ ਕਰਨ ਤੋਂ ਬਾਅਦ ਤੁਹਾਡੀ ਸਰਵਿਸ ਬੁੱਕ ਹੈਗੀਏ ਉਹ ਲੱਗਦੀ ਹੈ ਜੀ ਤੁਸੀਂ ਸਬਮਿਟ ਕਰਨੀ ਹੁੰਦੀ ਹੈ ਜਿਸ ਦੇ ਵਿੱਚ ਤੁਹਾਡਾ ਸਾਰਾ ਸਰਵਿਸ ਦਾ ਰਿਕਾਰਡ ਜਿਹੜਾ ਉਸ ਦੇ ਵਿੱਚ ਫਿਲ ਹੁੰਦਾ ਹੈ ਅਟੈਂਡੈਂਸ ਰਿਪੋਰਟ ਜਿਹੜੀ ਤੁਸੀਂ ਕਰਨੀ ਹੁੰਦੀ ਹੈ ਜਦ ਤੁਸੀਂ ਜੁਆਇਨ ਕਰਦੇ ਹੋ ਸਕੂਲ ਦੇ ਵਿੱਚ ਜਾ ਕੇ ਤਾਂ ਉੱਥੇ ਤੁਸੀਂ ਆਪਣੀ ਇੱਕ ਹਾਜ਼ਰੀ ਰਿਪੋਰਟ ਅਟੈਂਡੈਂਸ ਰਿਪੋਰਟ ਜਿਹੜੀ ਹੈ ਐਪਲੀਕੇਸ਼ਨ ਉਹ ਲਗਾਨੀ ਹੁੰਦੀ ਹੈ ਕਿ ਤੁਸੀਂ ਕਿੰਨੇ ਵਜੇ ਜਿਹੜਾ ਉੱਥੇ ਜੁਆਇਨ ਕਰ ਰਹੇ ਹੋ ਤਾਂ ਉਹ ਸਾਰਾ ਜਿਹੜਾ ਇੱਕ ਰਿਪੋਰਟ ਤੁਹਨੇ ਜੁਆਇਨ ਕਰਨ ਟਾਈਮ ਲਗਾਉਣਾ ਹੁੰਦਾ ਹੈ ਹਾਂਜੀ ਇਹ ਸੀਗੇ ਜੀ ਕੁਝ ਸਰਟੀਫਿ ਜਿਹੜੇ 2364 ETT ਦੇ ਪੋਸਟਾਂ ਤੇ 3704 ਮਾਸਟਰ ਕੈਡਰ ਦੀ ਪੋਸਟਾਂ ਦੇ ਲਈ ਜ਼ਰੂਰੀ ਸੀ ਕੁਝ ਪ੍ਰੋਸੈਸ ਹੈ ਜੀ ਸਟੇਸ਼ਨ ਅਲਾਟਮੈਂਟ ਤੋਂ ਬਾਅਦ ਜਿਹੜਾ ਜੁਆਇਨਿੰਗ ਤੋਂ ਬਾਅਦ ਜਿਹੜਾ ਥੋੜਾ ਪ੍ਰੋਸੈਸ ਸ਼ੁਰੂ ਹੋਏਗਾ ਕੁਝ ਜਿਹੜਾ ਪ੍ਰੋਸੈਸ ਹੋ ਪਹਿਲਾਂ ਸ਼ੁਰੂ ਹੋ ਜਾਏਗਾ ਜਿਵੇਂ ਪਬਲਿਕ ਨੋਟਿਸ ਆਉਂਦੇ ਆ ਅੱਗੇ ਵੇਟ ਕਰੋ ਇੱਕ ਦੋ ਦਿਨਾਂ ਦੇ ਵਿੱਚ ਆ ਜਾਏਗਾ ਬਲਕਿ ਪ੍ਰੋਸੈਸ ਬਹੁਤ ਹੀ ਫਾਸਟ ਚੱਲ ਰਿਹਾ ਹੈ ਤਾਂ ਜਲਦੀ ਹੀ ਇਹ ਸਾਰੇ ਨੋਟਿਸ ਆਉਣ ਦੀ ਜਿਹੜੀ ਉਮੀਦ ਹੈਗੀ ਆ ਮਗੀ ਕਿਹੜੀ ਤਿਆਰੀ ਤੁਸੀਂ ਹੁਣੇ ਕਰਕੇ ਰੱਖਣੀਆਂ ਨੇ ਜੀ ਇੱਕ ਤੋ ਹੈ ਕਿ ਤੁਸੀਂ ਆਪਣਾ ਬੈਂਕ ਅਕਾਊਂਟ ਕ੍ਰੀਏਟ ਕਰ ਲਓ ਪੈਨ ਕਾਰਡ ਅਗਰ ਨਹੀਂ ਹੈ ਤਾਂ ਉਹ ਜ਼ਰੂਰ ਬਣਵਾ ਲਓ ਆਧਾਰ ਕਾਰਡ ਥੋੜਾ ਸਾਰਿਆਂ ਦਾ ਹੋਏ ਗਈ ਡਾਕੂਮੈਂਟਸ ਜਿਹੜੀਆਂ ਫਾਈਲ ਡਾਕੂਮੈਂਟਸ ਦੀ ਤਿਆਰ ਕਰਨੀਆਂ ਕਿਸੇ ਦੀ ਫੋਟੋਸਟੇਟ ਕਰਵਾ ਕੇ ਰੱਖਣੀਆਂ ਥੋੜੇ ਕੋਲ ਤਿੰਨ ਤਿੰਨ ਚਾਰ ਚਾਰ ਇੱਕ ਸਰਟੀਫਿਕੇਟ ਦੀ ਜਿਹੜੀ ਫੋਟੋਸਟੇਟ ਜ਼ਰੂਰ ਰੱਖੋ ਆਪਣੇ ਕੋਲ ਫੋਟੋਗ੍ਰਾਫ ਜਿਹੜੀਆਂ ਨੇ ਜੀ ਉਹ ਤਿਆਰ ਕਰਕੇ ਰੱਖੋ ਆਪਣੇ ਕੋਲ ਤੇ ਅਗਰ ਅਕੈਡਰ ਸਰਟੀਫਿਕੇਟ ਤੁਹਾਡੇ ਕੋਲ ਨਹੀਂ ਹੈਗਾ ਤਾਂ ਕਿਸੇ ਇੰਸਟੀਚੂਟ ਤੋਂ ਜਿਹੜਾ ਤੁਹਾਨੂੰ ਕੀਤੀ ਹੈ ਡਿਗਰੀ ਤੋਂ ਕਰੈ ਤੇ ਅਸੀ ਕੀ ਜੀ ਇਨਫੋਰਮੇਸ਼ਨ ਆਈ ਹੋਪ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਬ ਤੱਕ ਇਹ ਯੂਸਫੁਲ ਇਨਫੋਰਮੇਸ਼ਨ ਪਹੁੰਚ ਸਕੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੇ ਟਾਈਮ ਸਿਰ ਮਿਲ ਜਾਏਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਮਿਲ ਜਾਏਗਾ ਥੈਂਕ ਯੂ